ਦੇ ਬੋਲ ਲਿਖੇ ਜਿਹੜੇ ਮੈਂ ਪੇਸ਼ ਕਰਨੇ ਆ। ਕਿਉਂ ਬੰਦੇ ਤੇ ਜਦੋਂ ਜਵਾਨੀ ਆਉਂਦੀ ਆ ਅੱਲਾਹ ਦੇ ਵਲੀ ਸਾਹਮਣੇ ਆਏ ਉਹਨਾਂ ਦੀ ਨਸੀਹਤ ਆ ਭਈ ਸਾਲ 19ਵੇਂ ਵਿੱਚ ਨਾ ਸੋਚਿਆ ਤੂੰ ਕਿ ਜਦੋਂ 19 ਸਾਲ ਦਾ ਬੰਦਾ ਹੁੰਦਾ ਇਹ ਸ਼ਾਲ ਵੇਖ ਕੇ ਤੁਰਦਾ। ਕਿਉਂ ਉਹਨੇ ਕਿਹਾ ਵੀ ਸਾਲ 19ਵੇਂ ਵਿੱਚ ਨਾ ਸੋਚਿਆ ਤੂੰ ਸਦਾ ਨਹੀਂ ਆਰਾਮ ਦੀ ਘੜੀ ਰਹਿਣੀ, ਖਾਲਾ ਖਰਚ ਤੇ ਪੁੰਨ ਤੂੰ ਦਾਨ ਕਰ ਲਾ, ਦੌਲਤ ਵਿੱਚ ਜ਼ਮੀਨ ਦੇ ਫੜੀ ਰਹਿਣੀ, ਕੋਈ ਰੋਜ਼ ਤੂੰ ਸੜਕਾਂ ਤੇ ਸੈਰ ਕਰ ਲਾ, ਬੱਗੀ ਵਿੱਚ ਤਵੇਲਿਆਂ ਖੜੀ ਰਹਿਣੀ, ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੰਡੀ ਜੱਗ ਤੇ ਸਦਾ ਨਹੀਂ। ਲਓ ਜੀ ਆਖ ਲੋਕ ਇਸ ਚੀਜ਼ ਦਾ ਬਿਆਨ ਕਰਦਾ ਭਲਾ ਕਿਵੇਂ ਕਰਦਾ ਅੱਲਾ ਬੇਲੀ ਤੁਹਾਨੂੰ ਪਤਾ ਹੋ। ਸਾਨੂੰ ਤਾਂ ਜੀਣਾ ਹਰਾਮ ਕੀਤਾ ਇਹਨਾਂ ਨੇ, ਨਾ ਕਿਸੇ ਦਾ ਮੰਜਾ ਛੱਡਦੇ, ਨਾ ਕਿਸੇ ਦਾ ਬਿਸਤਰਾ ਛੱਡਦੇ ਆ, ਤੇ ਉਹ ਜਿਹੜੇ ਪਿਛਲੇ ਅਮਲੀ ਸੀਗੇ ਉਹ ਫੀਮ ਹੀ ਖਾਂਦੇ ਸੀ, ਫੀਮ ਖਾ ਕੇ ਕੰਮ ਕਰਦੇ ਸੀ। ਸਾਡਾ ਗੁਆਂਢੀ ਸੀ ਇੱਕ ਬਾਬਾ, ਸਿਆਣਾ ਹੋਇਆ ਸੀਗਾ, ਸ਼ਾਇਦ ਕਿਸੇ ਨੇ ਸਾਡਾ ਪਿੰਡ ਦੇਖਿਆ ਹੋਊਗਾ, ਬਾਬੇ ਰੰਗ ਅਲੀ ਦਾ ਦਰਬਾਰ ਜਿੱਥੇ ਸਰਸ਼ਮੀ, ਨਾਲ ਹੀ ਸਾਡਾ ਘਰ ਸੀਗਾ, ਨਾਲ ਹੀ ਉਹਦਾ ਸੀਗਾ। ਉਹਨੇ ਫੀਮ ਖਾ ਲੈਣੀ ਸਿਆਲ ਦੇ ਮਹੀਨੇ, ਤਾਂ ਕੰਧ ਨਾਲ ਢੋ ਲਾ ਕੇ ਬੈਠੇ ਰਹਿਣਾ ਤਾਂ ਹੁੱਕਾ ਪੀ ਜਾ, ਤੇ ਜੋ ਕੁ ਮਈਤ ਜੇ ਕਿਤੇ ਹੋ ਜਾਣੀ ਉੱਧਰ ਵੀ ਜਾਂਦੀ ਸੀਗੀ, ਡੇਢ ਕੁ ਮਰੱਬਾ ਸੀ ਅੱਗੇ। ਉਹ ਅਮਲੀ ਨੇ ਹੁੱਕਾ ਹੀ ਪੀ ਜਾਣਾ, ਮੁੰਡੇ ਉਹਦੇ ਸ਼ਹਿਰ ਜਾਂਦੇ ਸੀਗੇ ਕੰਮ ਕਰਨ। ਲੋਕਾਂ ਨੇ ਦੇਖਿਆ ਵੀ ਜਿੱਦਣ ਇਹਦਾ ਕੋਈ ਮਰੂਗਾ ਉੱਦਣ ਇਹਨੂੰ ਪੁੱਛਾਂਗੇ, ਉੱਦਣ ਪੁੱਛਾਂਗੇ। ਲਓ ਜੀ ਉਹਨਾਂ ਨੇ ਮੁੰਡਿਆਂ ਨੂੰ ਵੀ ਕਿਹਾ ਭਈ ਯਾਰ ਤੁਸੀਂ ਤਾਂ ਕੰਮ 'ਤੇ ਚੱਲ ਜਾਂਦੇ ਆ, ਚਲੋ ਇਹਨੂੰ ਮੁੰਡੇ ਨੂੰ ਤਾਂ ਭੇਜਿਆ ਕਰੋ ਜੇ ਕੋਈ ਮਰਦਾ। ਉਹ ਮੁੰਡੇ ਕਹਿਣ ਲੱਗੇ ਅੱਬਾ ਤੂੰ ਕੀ ਕਰਦਾ ਇੱਥੇ ਹੁੱਕਾ ਹੀ ਪੀਂਦਾ ਰਹੇ? ਉਹ ਕਹਿੰਦਾ ਮੈਂ ਕੀ ਕਰਾਂ, 20 ਮਰਦੇ ਮੈਂ ਕਹਿੰਦੇ ਨਾ ਜਾਵਾਂ ਇੱਥੇ, ਯਾਨੀ ਮੰਨਦਾ ਹੀ ਨਹੀਂ ਸੀਗਾ ਕਿਸੇ, ਮੰਨਦਾ ਨਹੀਂ ਸੀਗਾ। ਲਓ ਜੀ ਇੱਕ ਦਿਨ ਗੁਆਂਢੀ ਮਰ ਗਿਆ ਫੇਰ ਸਾਡਾ, ਮੈਂ ਕਿਹਾ ਤਾਇਆ ਹੁਣ ਤਾਂ ਜਾਣਾ ਪੈਣਾ, ਸਿਆਪਾ ਹੀ ਪੈ ਗਿਆ। ਕਹਿੰਦਾ ਮੈਂ ਹੁਣ ਤੂੰ ਚਲੇ ਜਾਈਂ, ਮੁੰਡੇ ਨਹੀਂ ਇੱਥੇ ਹੈਗੇ। ਚੰਗਾ ਕਹਿੰਦਾ ਯਾਰ ਜਾਊਂਗਾ ਜੀ। ਲਓ ਜੀ ਮਸਜਿਦ ਤਿਆਰ ਹੋ ਗਿਆ ਜੀ, ਤੇ ਬਾਬਾ ਵੀ ਏਦਾਂ ਤੁਰ ਪਿਆ, ਕਿਉਂਕਿ ਲੱਖ ਵਿੱਚ ਤਾਂ ਜਾਨ ਹੀ ਨਹੀਂ ਸੀ। ਉਹ ਤੁਰੇ ਜਾਂਦੇ ਹੁਣ ਉਹ ਵੀ ਪਿੱਛੇ ਮੂਧਾ ਮੂਧਾ ਹੋ ਕੇ ਤੁਰਿਆ ਜਾਂਦਾ। ਕਿਸੇ ਨੇ ਸ਼ਰਾਰਤ ਕੀਤੀ ਵੀ ਅਮਲੀਆ ਤੇਰਾ ਗੁਆਂਢੀ ਆ, ਕੰਧਾ ਹੀ ਦੇ ਲਾ। ਕਹਿੰਦਾ ਅੱਛਾ ਯਾਰ ਮੈਂ ਕਰਦਾ, ਆ ਗਿਆ ਮੰਜੇ ਥੱਲੇ।
ਆਕੇ ਮੰਜਾ ਫੜਿਆ ਕਹਿੰਦਾ ਕਲਮਾ ਸ਼ਾਨ ਤੇ ਥੱਲੇ ਆ ਗਿਆ। ਪਿਛਲਿਆਂ ਨੇ ਇਸ਼ਾਰਾ ਕਰਤਾ ਵੀ ਮੰਜਾ ਨਾ ਫੜਿਓ ਇਹਦੇ ਕੋਲੋਂ ਕੋਈ, ਇਹ ਕਬਰਾਂ ਤੱਕ ਚੱਲੇ ਹੀ। ਉਹ ਇੰਨੇ ਜੋਗਾ ਨਹੀਂ ਸੀਗਾ, ਗਰੀਬ ਉਹ ਇੰਨੇ ਜੋਗਾ ਹੈ ਹੀ ਨਹੀਂ ਸੀਗਾ। ਲਓ ਜੀ ਜਦੋਂ ਡਿੱਗਣ ਲੱਗਾ ਉਹਨੇ ਕਿਹਾ ਉੱਧਰ ਬਦਲੀ ਜਾਂਦੇ ਉੱਧਰ ਬਦਲੀ ਜਾਂਦੇ, ਮੇਰੇ ਵਾਲਾ ਹੁੰਦਾ ਹੀ ਕੋਈ ਨਹੀਂ। ਲਓ ਜੀ ਉਹ ਹੁਣ ਕਹਿੰਦਾ ਜਦੋਂ ਲੱਗਾ ਡਿੱਗਣ ਕਹਿੰਦਾ ਰੱਖੋ ਇੱਥੇ ਮੰਜਾ। ਕਹਿੰਦੇ ਬਾਬਾ ਕੀ ਹੋ, ਮੰਜਾ ਰੱਖੋ ਇੱਥੇ। ਮੰਜਾ ਰੱਖਿਆ ਕਹਿੰਦਾ ਇਸ ਗੰਜਰ ਨੂੰ।